ਪ੍ਰਾਈਵੇਟ ਬੈਂਕਾਂ ਨੇ ਉਹਨਾਂ ਦੀਆਂ ਸੁੱਖ ਸਹੂਲਤਾਂ ਜ਼ਿਆਦੀਆਂ ਨੇ ਸਾਡੇ ਨਾਲੋਂ ਅਤੇ ਲੋਕ ਉੱਧਰ ਜ਼ਿਆਦਾ ਜੁੜ ਰਹੇ ਨੇ। ਸੋ ਹੁਣ ਸਰਕਾਰ ਦੇ ਧਿਆਨ 'ਚ ਲਿਆਂਦਾ ਜਾਊਗਾ ਵੀ ਇੱਕ ਤਾਂ ਬੋਰਡ ਕਾਫੀ ਟਾਈਮ ਬਾਅਦ ਤੁਹਾਨੂੰ ਦੱਸਦੇ ਵੀ ਸਾਡੇ ਗੁਰਭਜਨ ਸਿੰਘ ਜੀ ਕਰਮੋਵਾਲ ਬਣੇ ਸੀਗੇ ਚੇਅਰਮੈਨ, ਉਸ ਤੋਂ ਬਾਅਦ ਮੇਰੇ ਸਾਨੂੰ 97 ਤੋਂ ਬਾਅਦ ਸ਼ਾਇਦ ਉਸ ਤੋਂ ਬਾਅਦ ਹੁਣ ਬੋਰਡ ਬਣ ਰਿਹਾ ਜੀ ਆਣ ਕੇ 2021 ਦੇ ਵਿੱਚ। ਅਤੇ ਜਿਹੜੀਆਂ ਇਹ ਮੁਸ਼ਕਲਾਂ ਆ ਰਹੀਆਂ ਨੇ ਬ੍ਰਾਂਚਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ, ਉੱਥੇ ਬਿਲਡਿੰਗ ਦੀ ਮੁਸ਼ਕਲ ਆ ਰਹੀ ਆ ਜਾਂ ਸਟਾਫ ਦੀ ਮੁਸ਼ਕਲ ਆ ਰਹੀ ਆ, ਇਹ ਅਸੀਂ ਰੰਧਾਵਾ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਆ ਹੁਣ ਥੋੜ੍ਹੇ ਦਿਨਾਂ ਬਾਅਦ ਮੀਟਿੰਗ ਕਰਾਂਗੇ ਰੰਧਾਵਾ ਸਾਹਿਬ ਦੇ ਨਾਲ, ਉਹ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਦੂਰ ਕੀਤਾ ਜਾਊਗਾ। ਸਾਰੇ ਕਿਸਾਨ ਭਰਾ ਨੇ, ਆਪਾਂ ਵੀ ਕਿਸਾਨ ਵਰਗ ਦੇ ਵਿੱਚੋਂ ਹੀ ਹਾਂ, ਜਿਹੜੀ ਕੋਈ ਵੀਰ ਭਰਾ ਨੂੰ ਮੁਸ਼ਕਲ ਆਉਂਦੀ ਹੋਵੇ ਬੇਸ਼ੱਕ ਸਿੱਧਾ ਦਫ਼ਤਰ ਆਉਣ ਜਾਂ ਮੇਰੇ ਕੋਲ ਘਰ ਆ ਜਾਣ, ਉਹਨਾਂ ਦਾ ਨਿਪਟਾਰਾ ਹੋਊਗਾ ਮੌਕੇ 'ਤੇ ਹੋਊਗਾ। ਕਿਸੇ ਨੂੰ ਕੋਈ ਖੱਜਲ ਖੁਆਰੀ ਨਹੀਂ ਕੀਤੀ ਜਾਊਗੀ, ਜਿਹੜਾ ਕੋਈ ਕੋਈ ਅਫਸਰ ਜਾਂ ਬ੍ਰਾਂਚ ਮੈਨੇਜਰ ਜਾਂ ਕੋਈ ਕਤਾਈ ਵਰਤਦਾ ਹੋਊਗਾ ਉੱਥੇ ਕਾਨੂੰਨੀ ਕਾਰਵਾਈ ਹੋਊਗੀ। ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਪੰਜਾਬ ਸਰਕਾਰ ਵੱਲੋਂ ਦੀ ਤਰਨ ਤਾਰਨ ਕੋਆਪਰੇਟਿਵ ਐਗਰੀਕਲਚਰ ਕੋਆਪਰੇਟਿਵ ਬੈਂਕ ਦਾ ਚੇਅਰਮੈਨ ਸਰਪੰਚ ਸਰਦਾਰ ਸਿਮਰਜੀਤ ਸਿੰਘ ਭੈਣੀ ਨੂੰ ਹਾਲ ਦੀ ਘੜੀ ਨਿਯੁਕਤ ਕੀਤਾ ਗਿਆ ਹੈ। ਅਸੀਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ ਕਿਉਂਕਿ ਜਿਹੜੀ ਬੈਂਕ ਹੈ ਸਿੱਧੀ ਕਿਸਾਨਾਂ ਦੇ ਨਾਲ ਜੁੜੀ ਹੋਈ ਆ। ਪੰਜਾਬ ਸਰਕਾਰ ਜਿੰਨੀਆਂ ਵੀ ਸਕੀਮਾਂ ਕਿਸਾਨਾਂ ਨੂੰ ਦਿੰਦੀ ਆ ਉਹ ਤਕਰੀਬਨ ਇਸ ਨਾਲ ਜੁੜੀਆਂ ਬ੍ਰਾਂਚਾਂ ਰਾਹੀਂ ਦਿੱਤੀ ਜਾਂਦੀ ਹੈ ਅਤੇ ਅਕਸਰ ਇਸ ਬੈਂਕ ਵਿੱਚ ਕਿਸਾਨਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਨੇ ਕਿ ਉਹਨਾਂ ਨੂੰ ਅਨੇਕਾਂ ਮੁਸ਼ਕਲਾਂ ਜਿਹੜੀਆਂ ਸਟਾਫ ਦੇ ਨਾਲ ਮਿਲਦੀਆਂ ਨੇ। ਆਪਾਂ ਨਵਨੂਪ ਚੇਅਰਮੈਨ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਪੁੱਛਦੇ ਹਾਂ ਵੀ ਉਹ ਇਸ ਅਹੁਦੇ 'ਤੇ ਬਿਰਾਜਮਾਨ ਹੋ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਕਿਵੇਂ ਦੂਰ ਕਰਨਗੇ। ਚੇਅਰਮੈਨ ਸਾਹਿਬ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਬਿੱਲਾ ਜੀ, ਧੰਨਵਾਦ ਭੱਟੀ ਸਾਹਿਬ। ਚੇਅਰਮੈਨ ਸਾਹਿਬ, ਇਹ ਜ਼ਿਲ੍ਹੇ ਦਾ ਬਹੁਤ ਵਕਾਰੀ ਅਹੁਦਾ ਹੈ ਜਿਹੜਾ ਤੁਹਾਨੂੰ ਮਿਲਿਆ, ਇਹ ਕਦੋਂ ਤੁਸੀਂ ਇਹਦਾ ਚਾਰਜ ਸੰਭਾਲ ਲਏ ਜੇ ਅਤੇ ਕਦੋਂ ਤੁਸੀਂ ਇਹਦੇ ਕੰਮ ਕਾਰ ਸ਼ੁਰੂ ਕਰ ਰਹੇ ਜੀ? ਬਿੱਲਾ ਜੀ, ਅਸੀਂ ਸ਼ੁੱਕਰਵਾਰ 12 ਵਜੇ ਦਫ਼ਤਰ ਦਾ ਜਿਹੜਾ ਚਾਰਜ ਉਹ ਲਿਆ ਜਾਊਗਾ ਔਰ ਉਸ ਤੋਂ ਬਾਅਦ ਫਿਰ ਜਿਹੜੀਆਂ ਹੈਗੀਆਂ ਵਰਕਿੰਗ ਮੀਟਿੰਗਾਂ ਸ਼ੁਰੂ ਕਰ ਦੇਵਾਂਗੇ ਅਤੇ ਤਾਂ ਜੋ ਜੇ ਕਿਸੇ ਵੀਰ ਭਰਾ ਨੂੰ ਕੋਈ ਕੰਮ ਹੈ ਜਾਂ ਕੋਈ ਮੁਸ਼ਕਲਾਂ, ਬੋਰਡ ਕਾਫੀ ਦੇਰ ਬਾਅਦ ਬਣਿਆ ਜੀ। ਅੱਛਾ ਜੀ, ਅਤੇ ਇਹ ਜਿਹੜੀ ਤੁਹਾਡੀ ਚੋਣ ਹੋਈ ਆ ਇਹ ਕਿਸ ਤਰ੍ਹਾਂ ਹੋਈ ਆ ਅਤੇ ਕਿਵੇਂ ਕਰਵਾਈ ਗਈ ਆ? ਇਹ ਜੀ, ਅੱਜ ਤੋਂ ਮਹੀਨਾ ਕੁ ਪਹਿਲਾਂ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਸੀ ਅਤੇ ਫਿਰ ਉਸ ਤੋਂ ਬਾਅਦ ਇਹਦੇ 'ਚ 9 ਮੈਂਬਰ ਚੁਣੇ ਗਏ ਸੀ, ਆਪਣੇ ਡਾਇਰੈਕਟਰ ਚੁਣੇ ਗਏ ਸੀ 9 ਵੱਖ ਵੱਖ ਸੋਸਾਇਟੀਆਂ ਤੋਂ, ਜਿਹਦੇ ਵਿੱਚ 2 ਖੇਮਕਰਨ ਹਲਕੇ ਤੋਂ ਚੁਣੇ ਗਏ ਜੀ, ਤਰਨ ਤਾਰਨ ਤੋਂ 2 ਚੁਣੇ ਗਏ ਡਾਇਰੈਕਟਰ ਸਾਹਿਬ, ਸਾਡੇ ਪੱਟੀ ਤੋਂ 3 ਡਾਇਰੈਕਟਰ ਸਾਹਿਬ ਚੁਣੇ ਗਏ ਜੀ, ਖਡੂਰ ਸਾਹਿਬ ਤੋਂ 2 ਚੁਣੇ ਗਏ ਜੀ। ਅਤੇ ਇਹਦੇ ਵਿੱਚ ਜਿਹੜਾ ਜ਼ਿਲ੍ਹੇ ਦੀ ਜਿਹੜੀ ਬੈਂਕ ਹੈ ਇਹਦੇ ਵਿੱਚ ਕਿੰਨੀਆਂ ਬੈਂਕ ਦੀਆਂ ਜਿਹੜੀਆਂ ਬ੍ਰਾਂਚਾਂ ਆਉਂਦੀਆਂ ਨੇ? ਦੇਖੋ ਜੀ, ਲਗਭਗ 35-40 ਦੇ ਕਰੀਬ ਬ੍ਰਾਂਚਾਂ ਹੈਗੀਆਂ, ਕੁਛ ਸਬ ਬ੍ਰਾਂਚਾਂ ਵੀ ਹੈਗੀਆਂ ਥੱਲੇ ਕੰਮ ਕਰਨ ਵਾਲੀਆਂ, ਔਰ ਮੈਕਸੀਮਮ ਅਜੇ ਕੋਈ ਗਿਣਤੀ ਜਿਹੜੀ ਕਲੀਅਰ ਨਹੀਂ ਮੈਨੂੰ, 35-40 ਦੇ ਕਰੀਬ DM ਸਾਹਿਬ ਦੱਸਦੇ ਵੀ ਇੰਨੀ ਹੈਗੀਆਂ ਜੀ। ਚੇਅਰਮੈਨ ਸਾਹਿਬ, ਇਹ ਬੈਂਕ ਜਿਹੜੀ ਸਿੱਧੀ ਕਿਸਾਨਾਂ ਦੇ ਨਾਲ ਹਿੱਤਾਂ ਦੇ ਨਾਲ ਜੁੜੀ ਹੁੰਦੀ ਹੈ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਕੋਆਪਰੇਟਿਵ ਪਿੰਡਾਂ ਦੀਆਂ ਸੋਸਾਇਟੀਆਂ ਉਹਨਾਂ ਦੇ ਖਾਤੇ ਵੀ ਇਹ ਬੈਂਕ 'ਚ ਹੁੰਦੇ ਆ। ਕਿਸਾਨਾਂ ਨੂੰ ਜਿਹੜੀਆਂ ਨੇ ਅਕਸਰ ਸਰਕਾਰ ਜਿਹੜੀਆਂ ਸਹੂਲਤਾਂ ਦਿੰਦੀ ਆ ਉਹ ਇਹਨਾਂ ਬੈਂਕਾਂ ਰਾਹੀਂ ਦਿੰਦੀ ਆ ਅਤੇ ਕਿਸਾਨਾਂ ਨੂੰ ਅਕਸਰ ਸ਼ਿਕਾਇਤਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ। 2, ਸੋਸਾਇਟੀਆਂ ਵਿੱਚ ਵੀ ਬੜੀਆਂ ਸ਼ਿਕਾਇਤਾਂ ਕਿਸਾਨਾਂ ਨੂੰ ਮਿਲਦੀਆਂ, ਕਿਸੇ ਨੂੰ ਖਾਦ ਨਹੀਂ ਮਿਲਦੀ, ਕਿਸੇ ਨੂੰ ਬੀਜ ਨਹੀਂ ਮਿਲਦਾ, ਤੁਸੀਂ ਇਸ ਅਹੁਦੇ 'ਤੇ ਜ਼ਿਲ੍ਹੇ ਦੇ ਜ਼ਿੰਮੇਵਾਰ ਅਹੁਦੇ 'ਤੇ ਜੇ ਕਿਸ ਤਰ੍ਹਾਂ ਇਸ ਮੁਸ਼ਕਲ ਨੂੰ ਤੁਸੀਂ ਲਓਗੇ? ਬਿੱਲਾ ਜੀ, ਇਹ ਗੱਲਾਂ ਚਲੋ ਅਸੀਂ ਵੀ ਇੱਕ ਕਿਸਾਨ ਹਾਂ, ਸਾਨੂੰ ਵੀ ਪਤਾ ਵੀ ਇਹ ਮੁਸ਼ਕਲਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਹੁਣ ਅਸੀਂ ਅਹੁਦਾ ਸੰਭਾਲਣ ਤੋਂ ਬਾਅਦ ਫਿਰ ਸਾਰੇ ਬ੍ਰਾਂਚ ਮੈਨੇਜਰਾਂ ਨਾਲ ਵੀ ਸੰਪਰਕ ਕਰਾਂਗੇ, ਉਹਨਾਂ ਨੂੰ ਮੀਟਿੰਗ ਬੁਲਾਵਾਂਗੇ। ਕਿਸਾਨਾਂ ਦੇ ਕਰਜ਼ੇ ਉਹਨਾਂ ਪਿੱਛੇ ਵੀ ਮਾਫ਼ ਕੀਤੇ ਆ, ਹੁਣ ਵੀ ਅਗਲੇ ਸਮੇਂ ਦੇ ਵਿੱਚ ਥੋੜ੍ਹੇ ਅਗਲੇ ਦਿਨਾਂ ਵਿੱਚ ਕਿਸਾਨ ਜਿਹੜੇ ਉਹ ਕਰਜ਼ੇ ਮਾਫ਼ ਕੀਤੇ ਜਾ ਰਹੇ ਆ। ਕਿਸਾਨਾਂ ਦੀ ਅਕਸਰ ਸ਼ਿਕਾਇਤ ਹੁੰਦੀ ਉਹਦੇ ਵਿੱਚ ਪੱਖਪਾਤ ਹੁੰਦਾ ਜੀ, ਚੰਗੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਂਦੇ, ਜਿਹੜੇ ਲੋੜਵੰਦ ਕਿਸਾਨ ਉਹਨਾਂ ਦੇ ਕਰਜ਼ੇ ਨਹੀਂ ਮਾਫ਼ ਕੀਤੇ ਜਾਂਦੇ। ਤੁਸੀਂ ਜ਼ਿਲ੍ਹੇ ਦੀ ਪ੍ਰਬੰਧਕੀ ਬੋਰਡ ਦੇ ਹੁਣ ਚੇਅਰਮੈਨ ਜੇ, DM ਤੁਹਾਡੇ ਅਧੀਨ ਆ, ਕਿਸ ਤਰ੍ਹਾਂ ਤੁਸੀਂ ਕਰੋਗੇ ਕਿਸਾਨ ਜਿਹੜੇ ਬਿਲਕੁਲ ਯੋਗ ਉਹਨਾਂ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣ, ਇਹਦੇ ਬਾਰੇ ਕਿਸ ਤਰ੍ਹਾਂ ਤੁਸੀਂ ਕਰੋਗੇ? ਇਹ ਜੀ ਬਿੱਲਾ ਜੀ, ਆਪਾਂ ਸ਼ੁਰੂ ਤੋਂ ਦੇਖਦੇ ਹਾਂ ਵੀ ਜਿਹੜੇ ਕਿਸਾਨ ਡਿਫਾਲਟਰ ਹੁੰਦੇ ਜਿਹਦੇ ਨਾਲ ਬੈਂਕ ਦੀ ਜਿਹੜੀ ਰੇਸ਼ੋ ਡਾਊਨ ਜਾਂਦੀ ਆ, ਉਹਦੇ ਕਰਕੇ ਸਰਕਾਰ ਦੀ ਪੋਲਿਸੀ ਹੁੰਦੀ ਆ ਵੀ ਉਹਨਾਂ ਨੂੰ ਮਾਫ਼ੀ ਦੇ ਦਿੱਤੀ ਜਾਵੇ। ਜਿਹੜੇ ਚੰਗੇ ਕਿਸਾਨ ਰੈਗੂਲਰ ਕਿਸਾਨ ਆਪਦਾ ਜਿਹੜਾ ਖਾਤਾ ਚਲਾ ਰਹੇ ਨੇ ਉਹਨਾਂ ਨੂੰ ਵੀ 9% ਦਾ ਜਿਹੜਾ ਵਿਆਜ, ਆਮ ਬੈਂਕਾਂ 9% 10% ਲਾਉਂਦੀਆਂ, ਪਰ ਉਹਨਾਂ ਨੂੰ ਜਿਹੜੇ ਰੈਗੂਲਰ ਕਸਟਮਰ ਉਹਨਾਂ ਨੂੰ 4% ਦੇ ਨਾਲ ਹੀ ਜਿਹੜਾ ਇੰਟਰਸਟ ਲਿਆ ਜਾਂਦਾ ਜੀ। ਅੱਛਾ, ਇਸ ਤੋਂ ਇਲਾਵਾ ਜਿਹੜੀਆਂ ਬੈਂਕਾਂ ਦੀ ਵੀ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਬੈਂਕਾਂ ਦੀਆਂ ਬਿਲਡਿੰਗਾਂ ਦੀ ਹਾਲਤ ਬੜੀ ਮਾੜੀ ਆ, ਸਟਾਫ ਬੜਾ ਘੱਟ ਆ, ਅਤੇ ਲੋਕ ਚਾਹੁੰਦੇ ਨੇ ਵੀ ਕੋਆਪਰੇਟਿਵ ਬੈਂਕ ਨਾਲ ਜੁੜੀਏ ਕਿਉਂਕਿ ਇਹਦੇ ਵਿੱਚ ਕਈ ਲਾਭ ਨੇ, ਕਈ ਸਕੀਮਾਂ ਨੇ, ਪਰ ਜ਼ਿਲ੍ਹੇ ਦੇ ਵਿੱਚ ਕੋਈ ਇਹਦਾ ਪ੍ਰਬੰਧਕੀ ਢਾਂਚਾ ਨਹੀਂ ਹੈਗਾ। ਤੁਸੀਂ ਸਰਕਾਰ ਦੇ ਧਿਆਨ 'ਚ ਲਿਆਓਗੇ ਇਹਦੇ ਵਿੱਚ ਬੈਂਕ ਦੇ ਸੁਧਾਰ, ਬਿਲਡਿੰਗਾਂ ਜਾਂ ਕੋਈ ਵੀ ਪਿੰਡ ਪੱਧਰ 'ਤੇ ਜਾਂ ਜਿਹੜੀਆਂ ਬ੍ਰਾਂਚਾਂ ਨੇ ਉਹਨਾਂ ਵਿੱਚ ਕੋਈ ਇਹਦਾ ਯਤਨ ਕਰੋਗੇ? ਬਿੱਲਾ ਜੀ,
देखो ये गल मन हैगी है भी ब्रांचा नहीं है जिहड़ियां प्राइवेट बैंकां ने उन्हां दी सुख सहूलत ज्यादा ने साडे नालों ते लोग उधर ज्यादा जुड़ रहे ने। सो हुण सरकार दे ध्यान च लिया जाऊगा भी एक ते बोर्ड काफ़ी टाइम बाद तुहानूं दस रहे भी साडे गुरबचन सिंह जी करमोवाल बने सीगे चेयरमैन, उस तों बाद मेरे ख्याल 97 तों बाद शायद उस तों बाद हुण बोर्ड बन रहा जी आण के 2021 दे विच। ਤੇ ਜਿਹੜੀਆਂ ਇਹ ਮੁਸ਼ਕਲਾਂ ਆ ਰਹੀਆਂ ਨੇ ਬ੍ਰਾਂਚਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ, ਉੱਥੇ ਬਿਲਡਿੰਗ ਦੀ ਮੁਸ਼ਕਲ ਆ ਰਹੀ ਆ ਜਾਂ ਸਟਾਫ ਦੀ ਮੁਸ਼ਕਲ ਆ ਰਹੀ ਆ, ਇਹ ਅਸੀਂ ਰੰਧਾਵਾ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਆ। ਹੁਣ ਥੋੜ੍ਹੇ ਦਿਨਾਂ ਬਾਅਦ ਮੀਟਿੰਗ ਕਰਾਂਗੇ ਰੰਧਾਵਾ ਸਾਹਿਬ ਦੇ ਨਾਲ, ਉਹ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਦੂਰ ਕੀਤਾ ਜਾਊਗਾ। ਕਿਸਾਨਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਜੇ ਵੀ ਜਿਹੜੇ ਬੈਂਕ ਨਾਲ ਜੁੜੇ ਆ ਤੁਹਾਡੀ ਚੇਅਰਮੈਨ ਨਹੀਂ ਥੱਲੇ ਹੁਣ ਉਹਨਾਂ ਨੂੰ ਬਿਲਕੁਲ ਕੋਈ ਸ਼ਿਕਾਇਤਾਂ ਨਹੀਂ ਮਿਲੂ ਜੇ ਕੋਈ ਹੋਊਗਾ ਤਾਂ ਨਿਪਟਾਰਾ ਹੋਊਗਾ? ਬਿਲਕੁਲ ਬਿਲਾ ਜੀ, ਸਾਰੇ ਕਿਸਾਨ ਭਰਾ ਨੇ, ਆਪਾਂ ਵੀ ਕਿਸਾਨ ਵਰਗ ਦੇ ਵਿੱਚੋਂ ਹੀ ਆ। ਜਿਹੜੀ ਕੋਈ ਵੀਰ ਭਰਾ ਨੂੰ ਮੁਸ਼ਕਲ ਆਉਂਦੀ ਹੋਵੇ ਬੇਸ਼ੱਕ ਸਿੱਧਾ ਦਫ਼ਤਰ ਆਉਣ ਜਾਂ ਮੇਰੇ ਕੋਲ ਘਰ ਆ ਜਾਣ, ਉਹਨਾਂ ਦਾ ਨਿਪਟਾਰਾ ਹੋਊਗਾ, ਮੌਕੇ 'ਤੇ ਹੋਊਗਾ। ਕਿਸੇ ਨੂੰ ਕੋਈ ਖੱਜਲ ਖੁਆਰੀ ਨਹੀਂ ਕੀਤੀ ਜਾਊ, ਜਿਹੜਾ ਕੋਈ ਕੋਈ ਅਫਸਰ ਜਾਂ ਬ੍ਰਾਂਚ ਮੈਨੇਜਰ ਜਾਂ ਕੋਈ ਕਤਾਈ ਵਰਤਦਾ ਹੋਊਗਾ ਉੱਥੇ ਕਾਨੂੰਨੀ ਕਾਰਵਾਈ ਹੋਊਗੀ। ਇਹ ਚੇਅਰਮੈਨ ਸਾਹਿਬ ਬਹੁਤ ਵਕਾਰੀ ਅਹੁਦਾ ਹੈ, ਜ਼ਿਲ੍ਹੇ ਦਾ ਅਹੁਦਾ ਦੇ 4 ਵਿਧਾਨ ਸਭਾ ਲੱਗੇ ਆਉਂਦੇ ਆ, ਤੁਸੀਂ ਇਹਦਾ ਕਿਹਨੂੰ ਸ਼੍ਰੇਅ ਦੇਣਾ ਚਾਹੁੰਦੇ ਜੀ ਵੀ ਕਿਹਨਾਂ ਕਰਕੇ ਤੁਹਾਨੂੰ ਇਹ ਚੇਅਰਮੈਨ ਨਹੀਂ ਮਿਲੀ ਆ, ਤੁਸੀਂ ਕਿਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਜੀ? ਦੇਖੋ ਜੀ, ਇਹਦੇ ਵਿੱਚ ਡਾਕਟਰ ਅਗਨੀਹੋਤਰੀ ਜੀ ਐੱਮ ਐੱਲ ਏ ਤਰਨ ਤਾਰਨ, ਸਰਦਾਰ ਰਮਨਜੀਤ ਸਿੰਘ ਜੀ ਸਿੱਕੀ ਖਡੂਰ ਸਾਹਿਬ ਤੋਂ ਐੱਮ ਐੱਲ ਏ ਸਾਹਿਬਾਨ, ਔਰ ਹਰਮਿੰਦਰ ਸਿੰਘ ਜੀ ਗਿੱਲ ਪੱਟੀ, ਔਰ ਸੁਖਪਾਲ ਸਿੰਘ ਜੀ ਭੁੱਲਰ ਖੇਮਕਰਨ, ਸਾਰੇ ਹੀ ਐੱਮ ਐੱਲ ਏ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਦੇ ਕੇ ਨਿਵਾਜਿਆ। ਪਰ ਮੈਂ ਵਿਸ਼ੇਸ਼ ਤੌਰ 'ਤੇ ਐੱਮ ਐੱਲ ਏ ਸਰਦਾਰ ਸੁਖਪਾਲ ਸਿੰਘ ਭੁੱਲਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਨਿਮਾਣੇ ਜੇ ਨੂੰ, ਇੱਕ ਆਮ ਬੰਦੇ ਨੂੰ ਇਹ ਜਿਹੜਾ ਅਹੁਦਾ ਨਿਵਾਜਿਆ ਹੈ, ਬਖਸ਼ਿਆ, ਮੈਨੂੰ ਬਖਸ਼ਿਸ਼ ਕੀਤੀ ਆ। ਮੈਂ ਦਿਲੋਂ ਧੰਨਵਾਦ ਕਰਦਾ ਭੁੱਲਰ ਸਾਹਿਬ ਨਾਲ ਕਿ ਜਿਹੜਾ ਮੇਰੇ 'ਤੇ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਜੀ। ਬਹੁਤ ਬਹੁਤ ਧੰਨਵਾਦ, ਧੰਨਵਾਦ। ਦੇਸ਼ ਦੁਨੀਆਂ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।